नमस्कार दोस्तों, निरोग जीवन संस्थान के YouTube चैनल आरबी लाइव मीडिया में आपका स्वागत है। फाजिलका के गांव राणा में एक महिला ने एक अधेड़ व्यक्ति पर उससे दुष्कर्म का आरोप लगाया है। पुलिस ने संदर्भ में अधेड़ के खिलाफ मामला दर्ज कर लिया है। महिला का आरोप है कि 25 जनवरी की रात यह व्यक्ति उसके घर में घुस आया और उससे दुष्कर्म किया, जिसके बाद उसने इस बात की शिकायत गांव के सरपंच से की, लेकिन गांव के सरपंच के बुलाने पर यह व्यक्ति जब पंचायत में नहीं पहुंचा तो उसने फाजिलका के सिविल अस्पताल में पहुंचकर अपना मेडिकल करवाया और पुलिस को इस मामले में शिकायत की, जिसके बाद पुलिस ने 19 फरवरी को आरोपी हंसराज पुत्र बाबूराम वासी गांव राणा के खिलाफ धारा 376 के तहत मामला दर्ज कर लिया है। जिस प्रकार से यह शर्मनाक घटना फाजिलका के गांव राणा में सामने आई है, आपको लाइव कवरेज दिखा रहा हूँ। बने रहे मेरे साथ, देखते रहे हमारा चैनल। की गल हुई है जी तुहाडे नाल? साडे नाल होई है जी, जिहड़ा हंसराज ਤੇ ਜੀ ਉਹ ਨਾ ਲੰਘਦੀ ਟੱਪਦੀ ਨੂੰ ਮੈਨੂੰ ਹਰ ਵਕਤ ਛੇੜਦਾ ਰਹਿੰਦਾ ਸੀ ਤੇ ਉਹਨੂੰ ਪਤਾ ਇਹ ਦਿਮਾਗੀ ਦਵਾਈ ਚੱਲਦੀ ਰਹਿੰਦੀ ਤੇ ਉਹ ਮੇਰੇ ਨਾਲ ਰਾਤ ਨੂੰ 10-11 ਵਜੇ ਘਰੇ ਆ ਗਿਆ। ਮੈਂ ਨਸ਼ੇ ਦੀ ਹਾਲਤ 'ਚ ਹੈਗੀ ਸੀਗੀ ਜੀ। ਉਹਨੇ ਮੇਰੇ ਨਾਲ ਨਾ ਗਲਤ ਰੇਪ ਕੀਤਾ ਹੈ ਜੀ ਤੇ ਉਸ ਤੋਂ ਬਾਅਦ 2 ਘੰਟੇ ਬਾਅਦ ਮੈਂ ਆਪ ਨੂੰ ਆਪ ਸੰਭਾਲਿਆ ਹੈ ਜੀ। ਸਵੇਰੇ ਜਾ ਕੇ ਮੈਂ ਸਰਪੰਚ ਨੂੰ ਸੂਚਨਾ ਦਿੱਤੀ, ਸਰਪੰਚ ਸਾਹਿਬ ਨੇ ਉਹਨੂੰ ਬੁਲਾਇਆ ਹੈ ਤੇ ਬਾਕੀ ਉਹ ਨਹੀਂ ਆਇਆ। ਜਾ ਕੇ ਮੈਂ ਮੈਡੀਕਲ ਆਪਦਾ ਕਰਵਾਇਆ ਹੈ, ਕਰਵਾ ਕੇ ਉਸ ਤੋਂ ਬਾਅਦ ਅਸੀਂ ਘਰੇ ਆ ਗਏ। ਉਹਨੇ ਮੇਰੇ ਕੋਲ 28-27-29 ਨੂੰ ਉੱਥੇ ਘਰੇ ਆ ਗਿਆ। 2 ਦਿਨ ਮੇਰੇ ਆਉਂਦਾ ਰਿਹਾ, ਫੋਨ ਵੀ ਕਰਦਾ ਰਿਹਾ ਸਾਨੂੰ ਜੀ। ਤੇ ਉਹ ਜਿੰਨੇ ਪੈਸੇ ਲੈਣੇ ਲੈ ਲੈ, 5 ਲੱਖ 10 ਲੱਖ, ਤੇ ਬਾਕੀ ਮੈਂ ਨਹੀਂ ਲਿਆ ਜੀ। ਤੇ ਮੈਂ ਇਹ ਚਾਹਨੀ ਆ ਵੀ ਉਹਦੇ ਤੇ ਕਾਰਵਾਈ ਕੀਤੀ ਜਾਵੇ, ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਤੁਸੀਂ ਪੁਲਿਸ ਨੂੰ ਕੋਈ ਇਨਫੋਰਮ ਕੀਤਾ ਸੀ? ਹਾਂਜੀ ਕੀਤਾ ਸੀ ਪੁਲਿਸ ਨੂੰ, ਪੁਲਿਸ ਆਪ ਮੌਕੇ ਤੇ ਘਰੋਂ ਲੈ ਕੇ ਗਈ ਹੈ ਜੀ। ਤੇ ਬਾਕੀ ਉਹਨਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ। ਜੀ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ? ਅਸੀਂ ਮੰਗ ਕਰਨੇ ਆ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਜਲਦੀ ਤੋਂ ਜਲਦੀ। ਇਹ ਕਦੋਂ ਦੀ ਘਟਨਾ ਹੈ ਜੀ ਜਿਹੜੀ ਤੁਸੀਂ ਦੱਸ ਰਹੇ ਹੋ? ਇਹ 1 ਮਹੀਨਾ ਤੇ 25 ਦੀ ਗੱਲ ਹੈ ਜੀ। ਇਸ ਬਾਰੇ ਮੇਂ ਜਬ ਹਮਨੇ ਗਾਂਵ ਰਾਣਾ ਕੇ ਸਰਪੰਚ ਰਜੇਸ਼ ਬੱਬਰ ਸੇ ਬਾਤਚੀਤ ਕੀ ਤੋ ਉਨ੍ਹੋਨੇ ਬਤਾਇਆ ਕਿ ਮਹਿਲਾ ਨੇ ਉਨ੍ਹੇ 26 ਜਨਵਰੀ ਕੋ ਸੁਬਹ ਇਸ ਬਾਰੇ ਮੇਂ ਜਾਣਕਾਰੀ ਦੀ ਥੀ, ਜਿਸਕੇ ਬਾਅਦ ਉਨ੍ਹੋਨੇ ਮਹਿਲਾ ਕੋ ਥਾਣਾ ਸਦਰ ਮੇਂ ਸ਼ਿਕਾਇਤ ਕਰਨੇ ਕੀ ਬਾਤ ਕਹੀ। ਜਿਸ ਪ੍ਰਕਾਰ ਸੇ ਇਹ ਮਾਮਲਾ ਸਾਹਮਣੇ ਆਇਆ, ਆਪਕੋ ਲਾਈਵ ਕਵਰੇਜ ਦਿਖਾ ਰਹਾ ਹੂੰ। ਬਣੇ ਰਹੇ ਮੇਰੇ ਸਾਥ, ਦੇਖਤੇ ਰਹੇ ਮੇਰਾ ਚੈਨਲ। ਸਰ ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਰਜੇਸ਼ ਕੁਮਾਰ ਹੈ ਜੀ, ਮੈਂ ਸਰਪੰਚ ਆ ਪਿੰਡ ਰਾਣੇ ਤੋਂ। ਇਹ ਸਰ ਤੁਹਾਡੇ ਪਿੰਡ ਦੇ ਵਿੱਚ ਘਟਨਾ ਹੋਈ, FIR ਵੀ ਦਰਜ ਹੋਈ ਹੈ, ਸਰ ਕੀ ਮਾਮਲਾ ਜੀ? ਉਹ ਸਰ ਮੇਰੇ ਕੋਲ 25 ਤਰੀਕ ਨੂੰ ਸਿੰਘ ਇੱਕ ਲਿਖਤੀ ਦਰਖਾਸਤ ਸੀ ਉਹਦੇ ਕੋਲ ਪੰਚਾਇਤ ਦੇ ਨਾਮ, ਔਰ ਉਹ ਕਹਿ ਰਹੀ ਸੀ ਵੀ ਹੰਸਰਾਜ ਪੁੱਤਰ ਬਾਬੂ ਰਾਮ ਨੇ ਮੇਰੇ ਨਾਲ ਰੇਪ ਕੀਤਾ ਹੈ। ਔਰ ਮੈਂ ਚੌਕੀਦਾਰ ਭੇਜ ਕੇ ਅਤੇ ਪੰਚਾਇਤ ਨੂੰ ਅਤੇ ਉਸ ਬੰਦੇ ਨੂੰ ਬੁਲਾਇਆ ਸੀ, ਲੇਕਿਨ ਉਹ ਨਹੀਂ ਆਇਆ। ਅਤੇ ਮੈਂ ਕਿਹਾ ਵੀ ਇਹ ਬੜਾ ਵੱਡਾ ਮਸਲਾ, ਪੰਚਾਇਤ ਦੇ ਲੈਵਲ ਤਾਂ ਨਹੀਂ ਹੈਗਾ, ਅਤੇ ਤੁਸੀਂ ਆਪਦੀ ਕਾਰਵਾਈ ਕਰੋ ਜੀ। ਉਸ ਤੋਂ ਬਾਅਦ ਉਸ ਲੜਕੀ ਨੇ ਮੈਡੀਕਲ ਕਰਾਇਆ, ਅਤੇ ਮੈਡੀਕਲ ਤੋਂ ਬਾਅਦ ਕੱਲ੍ਹ ਉਹਦੇ 'ਤੇ FIR ਦਰਜ ਹੋ ਗਈ ਹੈ ਜੀ। ਅਤੇ ਅਸੀਂ ਹੁਣ ਉਸ ਬੰਦੇ ਦੀ ਬੰਦਾ ਉਹ ਗਲਤ ਹੈ ਅਤੇ ਅਸੀਂ ਉਹਦੀ ਗ੍ਰਿਫਤਾਰੀ ਦੀ ਮੰਗ ਕਰਦੇ ਹਾਂ। ਜਲਦ ਤੋਂ ਜਲਦ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ। फाजिलका के गांव राणा में महिला के साथ दुष्कर्म करने के मामले में पुलिस ने गांव राणा के ही हंसराज पुत्र बाबूराम के खिलाफ मामला दर्ज कर लिया है। इस बारे में थाना सदर के प्रभारी इकबाल खान से बात की गई, उन्होंने कहा कि आरोपी की तलाश जारी है, उसे जल्दी गिरफ्तार कर लिया जाएगा। आपको लाइव कवरेज दिखा रहा हूँ, बने रहे मेरे साथ, देखते रहे मेरा चैनल। हमारे चैनल को सब्सक्राइब करना न भूलें।